डंडे मार लवे मुंडे सट्टा ला दिया सिर पा एक और सी राउंड वड्डा डंडे मार लवे मुंडे सट्टा ला दिया सिर पा एक फायर चले देखो पे हो जी भी पच्ची मुंडे आए जी ते आ देखो आ मोटरसाइकिल भन्ने पे भांडे भन्ने पे जी साडे सारे लेबर दे रोटियां तक भी उन्होंने सुट्टियां जी साडियां हाँ जी ते बाकी आई साडा एक कंडा इत्थे चलदा पिया सीगा इक ओह ते चलदा पिया सीगा जी ओह तो उतरे ही गड्डी तो आउंदिया सट्टा मारनियां शुरू करतियां जी उन्होंने हाँ जी एक आ पिया जी इधर देखो जी पुछला क्वांटल बालन चक्या गया इन्नी मंडीर सी ਬਈਆਂ ਦਾ ਕੁਆਂਟਲ ਬਾਲਣ ਉਹ ਕਹਿੰਦੇ ਸਾਡਾ ਚੱਕਿਆ ਗਿਆ ਇੰਨੀ ਮੜੀਰ ਜਾਣੀ ਕਿ 20-25 ਜਾਣੇ ਤੇ ਕੁਆੜ ਵਾਲੀਆਂ ਬਣਾਉਂਦੇ ਸੀ ਆਪਣੇ ਇੱਥੇ ਉਹਨਾਂ ਦੇ ਹੀ ਵਿਚਾਰੇ ਕੁਆੜ ਕੁੜ ਆਉਂਦੀਆਂ ਸੀਗੇ ਕੁਆੜ ਮੁੱਲ ਲੈਂਦੀਆਂ ਸੀ ਹਾਂਜੀ बाकी मंडी दे विच किसे फाड़ तो पुछ लो किन्ना असला चलिया किन्ना फायर होया जी तुहानू आप ही दस देणगे आ जिमीदार कोले बैठे सारे मंडी वो लभ गई उधर सुट्टी सी मेरा नाम जगशीर सिंह है जी मंडी लगे लोग गलबात जी अभी इतने माल धोली जाने दो मुंडे रोटी लेके आए जी घरों भरा मेरा तो कंडा लगा है जी तो उतो आए गड्डी खिलारी उन्होंने डंडे उन्होंने हाथ ही सी गई तो उन्होंने आंदा सट्टा मारनिया शुरू करती जी हाँ जी गलबात तो सू तो पता ही मौका नहीं दिता जी पुछण का की बल गल सरपंची की है जी सरपंची हार गए जी ओह हाँ जी सारे नगर ने सहयोगना बने जी सरपंच साढ़े चाचा जी का लड़का जी सुखचैन सिंह जी हाँ जी ओपोजिट खड़े सी ओह ते ओह हार गए जी उन्होंने पैसा पूसा चंगा लाया सीगा क्योंकि उन्होंने कोल हैगा सीगा ते ए बंदा एक ग्रेजुएट पढ़िया लिखा बंदा जाने के भला मानस बहुत जाने के शरीफ बंदा सीगा जी क्योंकि नगर भी रेख चाहता भी इंसानियत वेख के ही बंदे नूं काबली दिती जांदी है जी ये रंजिश रखते जी गुंडागर्दी इन्हां कोले फुल है जी थियारा वेख लो असला किन्ना जी इन्हां कोले की करदे की ने बंदे करदे की ए पुलिस मुलाजम ने जी उन्हां दे पापा जी पुलिस मुलाजम ने जी उन्हां दे लड़का जिहड़ा उन्हां दे उन्हां दी वाइफ खड़ी सीगी पुलिस तां हुंदे गुंडागर्दी नूं खतम करन वाला हां जी पुलिस दा अपने पंजाब च ना ही खतम आई पुलिस दा कौन डरदा कुछ वी ऐ हुंदा काम हुंदा पुलिस आउंदी जिहड़ी 5 मिंट बाद उत्थे आ जी ਇਹ ਤਾਂ ਮੰਡੀ ਦੇ ਵਿੱਚ ਕਿੰਨੇ ਗੋਲੀਆਂ ਚੱਲੀਆਂ ਤੇ ਚਾਰ ਭਈਏ ਮਰ ਜਾਂਦੇ ਕਿਸੇ ਦੇ ਰੱਜੇ ਆਏ ਕਾਮਲੀ ਆਉਂਦੇ ਬੰਦੇ ਹੀ ਘਰੋਂ ਕੱਢੇ ਵੱਡੇ ਗੋਲੀਆਂ ਚਲਾਉਣ ਵਾਲਾ ਕੌਣ ਸੀਗਾ ਗੋਲੀਆਂ ਇੱਥੋਂ ਇੱਕ ਤਾਂ ਜੀ
ਮੁੰਡਾ ਹੈ ਕਰਨਾ ਸਣ ਮਨਜੀਤ ਸਿੰਘ ਇੱਕ ਉਹਦਾ ਭਰਾ ਜੀ ਤੋਤੀ ਜੀ ਇੱਕ ਸੁਖਦੇਵ ਸਿੰਘ ਸੀਗਾ ਜੀ ਸਣ ਬੂਟਾ ਸਿੰਘ ਆ ਜੀ ਇੱਕ ਮੁੰਡਾ ਪ੍ਰੀਤ ਸੀਗਾ ਜੀ ਨਾਲ ਅਤੇ ਬਾਕੀ ਮੁੰਡੇ ਪਾਸੇ ਦੇ ਪਤਾ ਨਹੀਂ ਕਿੰਨੇ ਕੁ ਸੀਗੇ ਪਿੰਡ ਦੇ ਬਾਕੀ ਡੰਡਿਆ ਸੋਟੇ ਵਾਲੇ ਪਿੰਡ ਦੇ ਹੋਰ ਵੀ ਹੈਗੇ ਸੀਗੇ ਹਾਂਜੀ ਮੁਲਾਇਮ ਜੀ ਉਹਨਾਂ ਦੇ ਡੈਡੀ ਹਾਂਜੀ ਬਾਪੂ ਉੱਥੇ ਖੜਾ ਸੀ ਹਾਂਜੀ ਨਹੀਂ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਉਹਨਾਂ ਦੀ ਸ਼ਹਿ 'ਤੇ ਬਾਕੀ ਇਹ ਮੁੰਡਿਆਂ ਦੀ ਰੰਜਿਤ ਸਰਪੰਚੀ ਦੇ ਚੱਕਰ ਦੇ ਵਿੱਚ ਹੈ ਜੀ ਹਾਂਜੀ ਬਾਕੀ ਗੱਡੀ ਉਹਨਾਂ ਦੀ ਮੁਲਾਜ਼ਮ ਸਾਹਿਬ ਦੀ ਲੈ ਕੇ ਆਏ ਜੀ ਕਿੰਨੇ ਜਣੇ ਜ਼ਖਮੀ ਹੋਏ ਵਰਤੀ ਗਏ ਹਾਂਜੀ ਮੁਲਾਜ਼ਮ ਦੀ ਗੱਡੀ ਵਰਤੀ ਗਈ ਜੀ ਕਿੰਨੇ ਜ਼ਖਮੀ ਹੋਏ ਬੰਦੇ 3 ਜ਼ਖਮੀ ਹੋਏ ਜੀ ਇੱਕ ਦਾ ਮੋਢਾ ਨਿਕਲ ਗਿਆ ਜੀ ਇੱਕ ਦੇ ਗੋਲੀ ਇੱਥੋਂ ਕਈ ਘਸਰ ਕੇ ਲੰਘੀ ਜੀ ਇੱਕ ਦੇ ਉਹ ਟੰਬਾ ਮਾਰਿਆ ਜੀ ਸਿਰ 'ਚ ਇਨਸਾਨ ਆ ਸਾਫ ਚਾਹੀਦਾ ਜੀ ਸਾਨੂੰ ਹੋਰ ਕੁਛ ਨਹੀਂ ਹੈਗਾ ਅੱਜ ਜੇ ਇਹ ਚੀਜ਼ ਨਾ ਖਤਮ ਕੀਤੀ ਕੱਲ੍ਹ ਨੂੰ ਫਿਰ ਸਾਡੇ ਬੰਦੇ ਮਾਰਨਗੇ ਜੀ ਸਾਨੂੰ ਇਹਨਾਂ ਤੋਂ ਫੁੱਲ ਖਤਰਾ ਜੀ ਕਿਉਂਕਿ ਸਾਡੇ ਕੋਲ ਹਥਿਆਰ ਨਹੀਂ ਹੈਗੇ ਇਹਨਾਂ ਕੋਲ ਹਥਿਆਰ ਆ ਜੀ 2 ਨੰਬਰ ਦੇ ਵੀ ਹੋਣਗੇ ਹੋ ਸਕਦੇ ਜੀ ਹੁਣ ਜਿਹੜਾ ਮੁੰਡਾ ਨੇ ਨਾਲ ਜਿਹੜੇ ਮੁੰਡੇ ਹਥਿਆਰਕ ਸੀਗਾ ਉਹਦੇ ਕੋਲ ਕੋਈ ਪੁੱਛੋ ਪਿਸਟਲ ਹੈਗਾ ਜੀ ਕਿਸੇ ਮੰਡੀ ਦੇ ਵਿੱਚ ਪੁੱਛ ਲਓ ਬਈਆਂ ਤੋਂ ਕਿੰਨਾ ਹਥਿਆਰ ਚੱਲਿਆ ਜੀ ਆਹ ਦੇਖੋ ਜੀ ਆਹ ਕਿੱਥੋਂ ਦਾ ਬੰਦਾ ਕਿੱਥੋਂ ਦਾ ਹਥਿਆਰ ਰਹਿੰਦਾ ਬਾਰਾਂ ਬੋਰ ਦਾ ਅੰਧਾ ਧੁੰਦ ਚੱਲੀਆਂ ਜੀ ਇੱਥੋਂ ਕਿਸੇ ਨੂੰ ਪੁੱਛ ਲਓ ਉੱਥੋਂ ਜੀ ਕਿਲੋਮੀਟਰ ਬਣ ਜਾਂਦਾ ਮੇਰੇ 500 ਮੀਟਰ ਉੱਥੋਂ ਫਾਇਰਿੰਗ ਫੁੱਲ ਕਰਦੇ ਆ ਜੀ ਬਾਕੀ ਅੱਧਾ ਅਸਲਾ ਉਹ ਚੱਕ ਕੇ ਲੈ ਗਏ ਜੀ ਆ ਸਾਡੇ ਕੋਲ ਜਿਹੜਾ ਤੜਕੇ ਅਸੀਂ ਲੱਭਿਆ ਉਹੀ ਹੈ ਜੀ ਮੰਗ ਉਹੀ ਹੈ ਜੀ ਕਾਰਵਾਈ ਬਾ ਇਨਸਾਫ਼ ਹੋਣਾ ਚਾਹੀਦਾ ਜੀ ਹਾਂਜੀ ਅਤੇ ਬਾਕੀ ਆ ਜੋ ਨੁਕਸਾਨ ਸਾਡਾ ਹੋਇਆ ਜੀ ਉਹ ਸਾਡੀ ਉਹਦੀ ਭਰਪਾਈ ਹੋਣੀ ਚਾਹੀਦੀ ਹੈ ਨਾਮ ਜੀ ਸ਼ਿੰਦਰ ਕੌਰ ਇੱਥੇ ਕੀ ਗੱਲਬਾਤ ਹੋਈ ਰਾਤ ਹੋਈ ਨਹੀਂ ਜੀ ਇਹਨਾਂ ਨੇ ਪਰਸੋਂ ਚੌਥ ਵੀ ਸਾਨੂੰ ਨਾ ਤਾਂ ਸਾਡੀ ਪਹਿਲੀ ਮੋਟਰ ਸੀਰੀ ਜਿਹੜਾ ਇਹਨਾਂ ਨੇ ਸਰਪੰਚ ਜਿਤਾਇਆ ਸੀਗਾ ਅਸੀਂ ਉੱਥੇ ਤਾਰ ਲਾਈ ਹੋਈ ਸੀ ਇਹਨਾਂ ਨੇ ਸੁੱਚ ਨਹੀਂ ਕੱਟਿਆ ਅਤੇ ਇਹਨਾਂ ਨੇ ਤਾਰ ਲਾ ਦਿੱਤੀ ਹੈ ਤਾਰ ਲਾ ਕੇ ਅਤੇ ਇਹਨਾਂ ਨੇ ਦੱਸਿਆ ਨਹੀਂ ਵੀ ਸੁੱਚ ਕੱਟਿਆ ਕਿ ਨਹੀਂ ਕੱਟਿਆ ਅਤੇ ਮੈਂ ਤਾਰ ਜਵਾਕਾਂ ਨੂੰ ਫੜਾਤੀ ਹੈ ਜੇ ਤਾਂ ਸਾਡੇ ਜਵਾਕ ਬਚ ਗਏ ਨੇ ਕਿੱਥੇ ਗੱਲਬਾਤ ਹੋਈ ਹੈ ਇਹ ਸਾਡੇ ਪਿੰਡ ਹੋਈ ਹੈ ਇੱਥੇ ਕੀ ਹੋਇਆ ਇੱਥੇ ਆ ਕੇ ਇਹਨਾਂ ਨੇ ਰਾਤ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਸਾਡੇ ਮੁੰਡੇ ਰੋਟੀ ਲੈ ਕੇ ਆਏ ਉਹਨਾਂ ਦੇ ਮਗਰ ਆਏ ਨੇ ਅਤੇ ਇਹਨਾਂ ਨੇ ਮੇਰੇ ਮੁੰਡੇ ਦੇ ਮਗਰ ਗੋਲੀਆਂ ਚਲਾਈਆਂ ਹੋਈਆਂ ਕੀ ਰੋਲਾ ਸੀਗਾ ਤੁਹਾਡਾ ਇਸ ਰੋਲਾ ਸਾਡਾ ਸਰਪੰਚੀ ਦਾ ਜੀ ਅਸੀਂ ਜਿੱਤੇ ਹੋਏ ਹਾਂ ਇੱਕ 42 ਵੋਟਾਂ 'ਤੇ ਅਸੀਂ ਜਿੱਤੇ ਹੋਏ ਹਾਂ ਅਤੇ ਅਸੀਂ ਤਾਂ ਕੋਈ ਰੌਲਾ ਪਾਇਆ ਨਹੀਂ ਗਾ ਅਤੇ ਇਹਨਾਂ ਨੇ ਸਾਨੂੰ ਸਾਡੇ ਮਗਰ ਜਿੱਦਾਂ ਵੀ ਪੈਂਦੇ ਨੇ ਸਾਡੇ ਕਾ ਬੁੜੀਆਂ ਨੂੰ ਵੀ ਮਾੜਾ ਚੰਗਾ ਬੋਲਦੇ ਨੇ ਬੰਦੇ ਵੀ ਬੋਲਦੇ ਬੁੜੀਆਂ ਵੀ ਬੋਲਦੀਆਂ ਨੇ ਬੱਤੀ ਲਾ ਕੇ ਵੀ ਇਹਨਾਂ ਨੇ ਕਿਹਾ ਵੀ ਸਾਡਾ ਜੋ ਕਰਨਾ ਜੇ ਕਰ ਸਕਦੇ ਜੀ ਠੀਕ ਹੈ ਨਾ ਬਹੁਤ ਜ਼ਿਆਦਾ ਗੋਲੀ ਚੱਲੀ ਮੇਰੇ ਮੁੰਡੇ ਦੇ ਵੀ ਗੋਲੀ ਲੱਗੀ ਹੈ ਮੇਰੇ ਦਿਓਰ ਦੇ ਵੀ ਗੋਲੀ ਲੱਗੀ ਹਾਂ ਭੰਨ ਤੋੜ ਵੀ ਬਹੁਤ ਜ਼ਿਆਦਾ ਹੋਈ ਮੇਰੇ ਮੁੰਡੇ ਦਾ ਮੋਟਰਸਾਈਕਲ ਵੀ ਤੋੜਿਆ ਇਹਨਾਂ ਨੇ ਕਾਰਵਾਈ ਦੀ ਇਹ ਮੰਗ ਹੈ ਵੀ ਸਾਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਨਾਂ ਦਾ ਬਹੁਤ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਜੇ ਸਾਡੇ ਬੱਚੇ ਵੀ ਮਾਰ ਸਕਦੇ ਨੇ ਜੇ ਅੱਜ ਸਾਡੇ ਇਹਨਾਂ ਨੇ ਇੱਥੇ ਆ ਕੇ ਮੁੰਡੇ ਮਾਰ ਸਕਦੇ ਨਾ ਸਾਡੇ ਤੁਰੇ ਫਿਰਦੇ ਬੱਚਿਆਂ ਨੂੰ ਵੀ ਮਾਰ ਦੇਣਦੇ ਕਿੰਨੇ ਜ਼ਖਮੀ ਹੋਏ ਸਾਡੇ 4 ਬੰਦੇ ਹਾਲਤ ਕਿਹੋ ਜੀ ਹਾਲਤ ਤਾਂ ਇੱਕ ਬੰਦੇ ਦੀ ਤਾਂ ਸਾਡੇ ਦੀ ਬੋਲਾ ਚੱਲੀ ਹੈ ਨਹੀਂ ਦੀ ਉਹ ਤਾਂ ਬੋਲਣ ਵਾਲਾ ਹੀ ਨਹੀਂ ਹੈ ਗਿਆ ਸਰਜੀਤ ਸਿੰਘ ਜੀ ਸਰਜੀਤ ਸਿੰਘ ਕਿੱਥੋਂ ਦਾ ਰਹਿਣ ਵਾਲਾ ਰਤਾਖੜਾ ਬਾਜਾ ਗੋਦਵਾਲ ਕੀ ਗੱਲਬਾਤ ਹੋਈ ਜਿਹੜੀ ਹੈ ਇਹਨਾਂ ਦੀ ਲੜਾਈ ਹੋਈ ਆ ਜਿਹੜੀ ਤੇ ਮੰਡੀ ਜਿੱਥੇ ਲੱਗੇ ਸਰਪੰਚ ਸਾਹਿਬ ਨਾ ਅਤੇ ਇਹਨਾਂ ਦੀ ਕੋਈ ਪਤਾ ਨਹੀਂ ਕੀ ਲੜਾਈ ਇਹਨੇ ਵੋਟਾਂ ਦੀ ਰੰਸ਼ ਨਾਲ ਹੀ ਚੱਲਣ ਡਿਆ ਕੰਮ ਵੀ 100 ਦੇ 42 ਵੋਟਾਂ ਦੇ 42 ਵੋਟਾਂ ਦੀ ਜਿੱਤ ਪ੍ਰਾਪਤ ਕੀਤੀ ਹੈ ਪਿੰਡ ਤੁਹਾਡੇ ਹਾਂਜੀ ਅੱਛਾ ਅਤੇ ਕੀ ਇਹਨਾਂ ਦਾ ਰੰਜਸ ਸੀ ਰੰਜਸ ਕੋਈ ਨਹੀਂ ਵੋਟਾਂ ਦੀ ਹੈ ਜੀ ਵੋਟਾਂ ਦੀ ਰੰਜਸ ਆ ਇੱਥੇ ਕੱਢੀ ਆ ਕੇ ਇੱਥੇ ਕੱਢੀ ਆ ਕੇ ਉਹਨਾਂ ਨੇ ਅਤੇ ਕਿੰਨਿਆਂ 'ਤੇ ਹਮਲਾ ਕੀਤਾ 3 ਜਣਿਆਂ 'ਤੇ ਕੀ ਚਲਾਇਆ ਗੋਲੀ ਗੋਲੀ ਵੀ ਚਲਾਈਆਂ ਇੱਥੇ ਤੁਸੀਂ ਵੇਖ ਹੀ ਲਈਆਂ ਸਾਰਾ ਕੁਝ ਤੁਸੀਂ ਵੇਖ ਹੀ ਲਿਆ ਵੀ ਕਾਰਤੂਸਾਂ ਦੇ ਖੋਖੇ ਮਿਲੇ ਭਾਂਜ ਤੋੜ ਵੀ ਆ ਮੋਟਰਸਾਈਕਲਾਂ ਦੀ ਵੀ ਹੋਈ ਆ ਅਤੇ ਬੰਦਿਆਂ ਦੇ ਨਾਲ ਇੱਕ ਤਾਂ ਗੋਲੀ ਵੱਜੀ ਆਉਂਦੀ ਉਹ ਲੰਘ ਗਈ ਮਹਾਂ ਬਚਿਆ ਅਤੇ ਬਾਕੀ ਇੱਕ ਦਾ ਮੋਢਾ ਟੁੱਟ ਗਿਆ ਇੱਕ ਦਾ ਸਿਰ ਬਾਹਵਾ ਪਾਟ ਗਿਆ ਗੰਭੀਰ ਜ਼ਖਮੀ ਨੇ ਫਿਰੋਜ਼ਪੁਰ ਦਾਖਲ ਕਰਾਏ ਸੀ ਅਤੇ ਉਹਨਾਂ ਨੇ ਫਰੀਦਕੋਟ ਕਿੰਨੇ ਜਣੇ ਸੀ ਗੋਲੀਆਂ ਚਲਾਉਣ ਵਾਲੇ ਅਤੇ ਕੌਣ ਸੀਗੇ ਇਹ ਗੋਲੀਆਂ ਚਲਾਉਣ ਦੇ 500 ਵੀ ਬੰਦਿਆਂ ਨਾਲ ਵਾਧੂ ਲਿਆਉਂਦੇ ਜੀ ਬਹੁਤ ਗੋਲੀਆਂ ਚੱਲੀਆਂ ਕਿਲੋਮੀਟਰ ਜਿੱਥੋਂ ਰੋਡ ਏ ਉੱਥੋਂ ਚਲਾਉਂਦੇ ਆਏ ਅਤੇ ਇੱਥੋਂ ਬਾਬਾ ਬਾਈ ਜੀ ਨੇ ਕਹਿ ਦਿੱਤਾ ਕਿ ਇਹਦਾ ਮਾਲ ਤੋਲਦਾ ਉਹਨੇ ਇਹਨਾਂ ਨੂੰ ਪਾਸੇ ਭਜਾ ਤਾ ਵੀ ਨੁਕਸਾਨ ਤੁਹਾਡਾ ਹੋ ਸਕਦਾ ਇੱਕ ਦੇ ਲੰਘ ਗਈ ਤੋਂ ਬਚ ਕੇ ਕਿਸਮਤ ਨਾਲ ਮਹਾਰਾਜ ਨੇ ਬਚਾ ਤਾ ਅਸੀਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਵੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ ਅਤੇ ਜਿਹੜੀ ਇਹਨਾਂ 'ਤੇ ਹਮਲਾ ਆਇਆ ਇਹਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਹਾਂਜੀ ਹਾਂਜੀ ਆਹ ਤੁਸੀਂ ਵੇਖ ਹੀ ਲਈਆਂ ਇੱਥੇ ਤੁਹਾਨੂੰ ਵਿਖਾਏ ਖੋਖੇ ਸਾਰਾ ਕੁਛ ਆਹ ਮੋਟਰਸਾਈਕਲ ਵੇਖੋ ਸਾਹ ਚੁੱਕ ਕੇ ਲੈ ਗਏ ਅਸਲਾ ਵੀ ਉਹਨਾਂ ਕੋਲ ਸੀ ਆਪਦੀਆਂ ਗੱਡੇ ਗੱਡੀ ਵੀ ਉਹਨਾਂ ਨੇ ਆਪਦੀ ਭੰਨੀ ਆਪ ਉੱਥੇ ਖੜੀ ਹੋਈ ਕੈਮਰੇ ਦੇ ਅੱਗੇ ਵੀ ਇਹ ਲੋ ਜਾ ਕੇ ਆਹ ਗੱਲ ਹੋਈ ਆਹ ਬਾਤ ਹੋਈ ਆ ਬਾਈ ਜੀ ਹੈਗਾ ਸੀ ਇਹਨੂੰ ਤਾਂ ਉਹਨਾਂ ਨੇ ਕੁਛ ਨਹੀਂ ਹੈਗਾ ਮੁੰਡਿਆਂ ਦੇ ਗਲ ਪੈਂਦੇ ਇਹਨੇ ਭਜਾ ਤੇ ਵੀ ਨੁਕਸਾਨ ਹੋ ਜਾਣਾ ਆਹ ਗੱਲ ਹੋਈ ਆਹ ਬਾਤ ਅਸੀਂ ਪਿੰਡੋਂ ਆਏ ਫਿਰ ਅਸੀਂ ਚੁੱਕ ਕੇ ਲੈ ਗਏ ਸਾਨੂੰ ਫੋਨ ਕੀਤਾ ਵੀ ਆਹ ਗੱਲ ਹੋ ਗਈ ਅਸੀਂ ਪਿੰਡੋਂ ਆ ਕੇ ਉਹਨਾਂ ਨੂੰ ਮੁੰਡਿਆਂ ਨੂੰ ਦਾਖਲ ਕਰਾਇਆ ਮੌਕੇ 'ਤੇ ਕੋਈ ਪੁਲਿਸ ਨਹੀਂ ਆਈ ਇਹਨਾਂ ਨੇ ਪਤਾ ਨਹੀਂ ਕੀਤਾ ਫੋਨ ਕਿ ਨਹੀਂ ਕੀਤਾ ਸੀ ਇਹ ਨਹੀਂ ਮੈਨੂੰ ਪਤਾ ਵੀ ਜਿੰਨੀ ਗੱਲ ਹੋਈ ਉਨਾ ਹੀ ਮੰਤਾ ਪਤਾ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਤੁਸੀਂ ਕੀ ਕਰਦੇ ਹੋ ਮੈਂ ਲੇਬਰ ਦਾ ਕੰਮ ਕਰਦਾ ਜੀ ਕੀ ਗੱਲਬਾਤ ਹੋਈ
ਗੱਲਬਾਤ ਇਉਂ ਹੀ ਜੀ, ਅਸੀਂ ਕੰਡਾ ਲਾਇਆ ਸੀ, ਮੈਂ ਸਿਲਾਈ ਕੀਤੀ ਜਾਂਦਾ, ਇੱਥੋਂ ਗੱਡੀ ਲੈ ਕੇ ਆਏ ਨੇ, ਗੱਡੀ ਲਿਆ ਕੇ ਅਤੇ ਆਉਂਦਿਆਂ ਸਾਰੇ ਡੰਡੇ ਮਾਰਨ ਲੱਗ ਪਏ, ਉਹਦੇ ਵਿੱਚ ਮੈਂ ਛਡਾਉਣ ਲੱਗ ਪਿਆ ਉਹਨਾਂ ਨੂੰ, ਉਦੋਂ ਬਾਅਦ ਗਏ ਚਲੇ ਨੇ, ਉਦੋਂ ਬਾਅਦ ਇਹ ਗੋਲੀਆਂ ਲੈ ਬੰਦੇ ਸੱਦ ਕੇ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਮੋਟਰਸਾਈਕਲ। ਰੰਜਿਤ ਸਰਪੰਚੀ ਦੀ ਹੈ ਜੀ, ਸਰਪੰਚੀ ਮਤਲਬ ਮੁਕਾਬਲੇ 'ਤੇ ਖੜ੍ਹੇ ਸੀ, ਪਿੰਡ ਨੇ ਸੰਯੋਗ ਨਾਲ ਜਿਤਾ ਦਿੱਤਾ, ਉਹ ਹਾਰ ਗਏ ਨੇ, ਗੋਲੀਆਂ ਚਲਾਤੀਆਂ। ਹਾਂ ਗੋਲੀਆਂ ਚਲਾਤੀਆਂ, ਉਦੋਂ ਬਾਅਦ ਮੈਂ ਇੱਥੋਂ ਜਿੰਨੇ ਮੁੰਡੇ ਹੈਗੇ ਸਾਰੇ ਭਜਾ ਦਿੱਤੇ, ਮੈਂ ਇਕੱਲਾ ਰਹਿ ਗਿਆ, ਆ ਕੇ ਮੁੜ ਕੇ ਤੋੜ ਭੰਨ ਕਰਨ ਲੱਗ ਪਿਆ ਸਾਰੀ, ਉੱਧਰ ਉੱਧਰ ਮੈਂ ਕੋਲੇ ਖੜ੍ਹਾ ਰਿਹਾ ਵੇਖੀ ਗਿਆ, ਮੈਂ ਜੇ ਇੰਨੀ ਜ਼ਰੂਰਤ ਤਾਂ ਮੇਰੇ ਮਾਰੋ ਗੋਲੀ ਕੋਈ ਵਿਸਵਾਦ ਆ ਜੀ। ਇਹ ਹਵਾਈ ਫਾਇਰ ਕੀਤੇ ਨੇ? ਹਵਾਈ ਫਾਇਰ ਹੋਇਆ, ਸਿੱਧੇ ਮਾਰਦੇ ਰਹੇ ਨੇ ਜੀ। ਵੱਜੀਆਂ ਨੇ? ਹਾਂ ਵੱਜੀਆਂ ਜੀ। ਕਿੰਨਾਂ ਦੇ ਵੱਜੇ? ਇੱਕ ਮੁੰਡੇ ਦੇ ਵੱਜੇ, ਇੱਕ ਮੁੰਡੇ ਦੇ ਵੱਜੀ ਹੈ ਜੀ। ਜ਼ਖਮੀ ਕਿੰਨੇ ਨੇ? ਜ਼ਖਮੀ ਤਿੰਨ ਨੇ ਜੀ, ਇੱਕ ਦਾ ਮੋਢਾ ਟੁੱਟ ਗਿਆ, ਇੱਕ ਦੇ ਸਿਰ 'ਚ ਸੱਟ ਜੀ। ਹੁਣ ਕੀ ਮੰਗ ਹੈ ਤੁਹਾਡੀ? ਮੰਗ ਉਹ ਇਨਸਾਫ ਚਾਹੀਦਾ, ਮੁਲਾਜ਼ਮ ਹੋ ਕੇ ਤਾਂ ਫਿਰ ਵੀ ਮੁਲਾਜ਼ਮ, ਇਹ ਇੱਕ ਮੁਲਾਜ਼ਮ ਸੁਰੱਖਿਆ ਵਾਸਤੇ ਹੁੰਦੀ ਦੁਨੀਆ ਦੀ, ਅਤੇ ਮੁਲਾਜ਼ਮ ਇਹ ਕੰਮ ਕਰਨ ਲੱਗ ਪਈ ਤਾਂ ਗੁੰਡਾਗਰਦੀ ਵਧਣੀ ਵਧਣੀ। ਪੁਲਿਸ ਮੁਲਾਜ਼ਮ ਕੌਣ ਹੈ ਜਿੰਨਾ ਕਰੇ? ਮੇਜਰ ਸਿੰਘ ਜੀ, ਇੱਕ ਦੂਜਾ ਗੁਰਮੇਲ ਸਿੰਘ ਜੀ, ਐਸ ਆਈ ਨੇ, ਉਹਨਾਂ ਨੇ ਕਰਵਾਈ ਉਹਨਾਂ ਸ਼ਾਇਦ। ਹਾਂ ਗੱਡੀ ਉਹਨਾਂ ਦੀ ਇੱਥੇ ਆਪ ਉਹਨਾਂ ਭੰਨੀ ਹੈ, ਫਿਰ ਜਾ ਕੇ ਉਹ ਕੈਮਰਾ ਜਾ ਕੇ ਚੈੱਕ ਕਰੋ, ਕੈਮਰੇ ਦੇ ਅੱਗੇ ਗੱਡੀ ਆਪ ਫਾਇਰ ਕਰਦੇ ਰਹੇ ਨੇ, ਕੈਮਰੇ ਦੇ ਵਿੱਚ ਸਾਰਾ ਕੁਝ ਰਿਕਾਰਡ ਹੋ ਗਏ। ਕਾਰਵਾਈ ਮੰਗ ਕੇ ਹੋਣੀ? ਕਾਰਵਾਈ ਇਹੋ ਵੀ ਕਾਰਵਾਈ ਹੋਣੀ ਚਾਹੀਦੀ ਜੋ ਹੁੰਦੀ, ਇਨਸਾਫ ਨਜ਼ਰ ਚਾਹੀਦਾ। ਮੁੰਡਿਆਂ ਦੀ ਹਾਲਤ ਕਿਹੋ ਜੀ? ਮੁੰਡੇ ਹਾਲਤ ਬਹੁਤ ਮਾੜੀ ਹੈ ਜੀ, ਜਿਹੜੀ ਹੁਣ ਕਰਨ ਦੇ ਵੀਰ ਜੀ ਨਾਲ ਦੀ ਗੋਲੀ ਲੰਘੀ, ਇਸ ਕਰਕੇ ਤੁਹਾਨੂੰ ਪਤਾ ਹੀ ਹੈ। ਕਿੱਥੇ? ਇੱਕ ਸਿਰ 'ਤੇ ਹਸਪਤਾਲ ਨੇ ਜੀ। ਕਿੱਥੇ? ਫਰੀਦਕੋਟ ਵਿੱਚ ਹੈ? ਨਹੀਂ ਇੱਥੇ ਫਿਰੋਜ਼ਪੁਰ ਨੇ ਹਾਲੇ ਤਾਂ। ਮੇਰਾ ਨਾਮ ਸੁਖਚੈਨ ਸਿੰਘ ਹੈ ਜੀ, ਮੈਂ ਰੱਤਾ ਖੇੜਾ ਬਾਜਾ ਕੋਤਵਾਲ ਦਾ ਚੁਣਿਆ ਹੋਇਆ ਸਰਪੰਚ ਹੈ ਇਸ ਸਮੇਂ ਦਾ। ਕੀ ਗੱਲਬਾਤ ਹੈ ਮੰਡੀ 'ਚ ਹੋਈ? ਗੱਲਬਾਤ ਮੈਂ ਸਰ, ਬੰਦੇ ਮੇਰੀ ਲੇਬਰ ਲੱਗੀ ਹੋਈ, ਮੈਂ ਨਾ ਰੋਟੀ ਦੇਣ ਆਇਆ ਸੀਗਾ ਗੱਡੀ 'ਤੇ, ਮੇਰੇ ਨਾਲ ਸੀਗੇ ਬੰਦੇ ਚਾਰ, ਮੇਰੇ ਫੈਮਿਲੀ ਮੈਂਬਰ ਸੀਗੇ, ਅਤੇ ਜਦੋਂ ਰੋਟੀ ਦੇ ਕੇ ਅਸੀਂ ਖੜ੍ਹੇ ਹਾਂ ਇੱਥੇ, ਪੰਜ ਦਸ ਬਾਅਦ ਮਿੰਟ ਬਾਅਦ ਨਾ ਕੋਈ ਬੰਦੇ ਆਏ ਚਾਰ ਪੰਜ, ਉਹ ਮੇਰੇ ਹਿਸਾਬ ਨਾਲ ਹੈਗੇ ਤਾਂ ਸਾਡੇ ਪਿੰਡ ਦੇ ਹੀ ਆ, ਕੋਈ ਸਰਪੰਚੀ ਦਾ ਮਾੜਾ ਮੋੜ ਹੁੰਦਾ ਹੀ ਵੋਟਾਂ ਦਾ, ਅਤੇ ਉਹਨਾਂ ਕੋਲ ਪਿਸਤੌਲ ਵੀ ਸੀਗੇ, ਰਿਵਾਲਵਰ ਸੀਗੇ ਅਤੇ ਕਾਪੇ ਸੀਗੇ, ਠੀਕ ਆ ਜੀ। ਅਤੇ ਉਹ ਚਾਰਾਂ ਬੰਦਿਆਂ ਤੋਂ ਬਾਅਦ ਹੋਰ ਬੰਦੇ ਆਏ, ਪਤਾ ਨਹੀਂ ਕਿੰਨੇ ਅਣਗਿਣਤੀ ਬੰਦੇ ਸੀਗੇ, ਅਤੇ ਉਦੋਂ ਜਦੋਂ ਗੱਡੀ ਵੀ ਇਹਨਾਂ ਆਪਦੀ ਆਪ ਭੰਨੀ ਭੁੰਨੀ ਆ, ਫਿਰ ਉਹ ਜਿਵੇਂ ਵੀ ਹੈਗਾ ਮੋਟਰਸਾਈਕਲ ਵੀ ਭੰਨੇ ਇਹਨਾਂ ਨੇ, ਫਿਰ ਮੈਂ ਤਾਂ ਜਿਵੇਂ ਵੀ ਆਪਦਾ ਦਾ ਲੱਗਾ ਹੀ, ਮੈਂ ਆਪਦੇ ਬੰਦੇ ਕੱਢੇ ਬਚ ਬਚਾ ਕੇ, ਕੋਈ ਇੱਧਰ ਨੂੰ ਵਾਹਣਾ ਨੂੰ ਭੱਜੇ ਹਾਂ, ਇੱਧਰ ਨੂੰ ਭੱਜੇ ਹਾਂ, ਉਹ ਭੱਜ ਨੱਸ ਕੇ ਜਿਵੇਂ ਵੀ ਆਪਦੇ ਬੰਦਿਆਂ ਨੂੰ ਸੇਫ ਸਾਈਡ ਕੀਤਾ, ਜਿਹਦੇ ਵਿੱਚ ਦੋ ਤਿੰਨ ਬੰਦਿਆਂ ਦੇ ਸਾਡੇ 'ਤੇ ਸੱਟਾਂ ਲੱਗੀਆਂ, ਅਤੇ ਹੋ ਸਕਦਾ ਇੱਕ ਦੇ ਗੋਲੀ ਗਾਲੀ ਦਾ ਵੀ ਸ਼ਾਇਦ ਹੋ ਜਾਵੇ, ਪਰ ਮੈਂ ਹਜੇ ਫਿਰੋਜ਼ਪੁਰ ਨਹੀਂ ਗਿਆ ਜੀ, ਜਾ ਕੇ ਹੁਣ ਦੇਖਦੇ ਹਾਂ। ਅਤੇ ਬਾਕੀ ਇਹਨਾਂ ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ, ਜਾਂ ਕੋਈ ਇੱਕ ਦੇ ਗੋਲੀ ਦੀ ਵੀ ਸ਼ਾਇਦ 10-15 ਵੀ ਲੱਗੀ ਹੈ, ਥੋੜ੍ਹੀ ਲੱਗੀ ਹੋਵੇ ਜਾਂ ਜ਼ਿਆਦਾ ਲੱਗੀ ਹੋਵੇ, ਅਤੇ ਉਹ ਹੁਣ ਫਿਰੋਜ਼ਪੁਰ ਜਾਵਾਂਗੇ, ਦੇਖਾਂਗੇ ਕੀ ਗੱਲਬਾਤ ਆ, ਅਤੇ ਇੱਥੇ ਨਜਾਇਜ਼ ਆ ਕੇ ਉਹਨਾਂ ਧੱਕਾ ਕੀਤਾ, ਜਿਹੜਾ ਕਿ ਇਨਸਾਫ ਸਾਨੂੰ ਚਾਹੀਦਾ। ਸਰਪੰਚੀ ਦਾ ਹੀ ਕਹਿ ਸਕਦੇ ਆ ਸਰ, ਸਰਪੰਚੀ ਦਾ ਹੀ ਕਹਿ ਸਕਦੇ ਹਾਂ। ਹਾਂਜੀ ਸ਼ਾਇਦ ਪਤਾ ਨਹੀਂ ਮੇਰੇ ਮਗਰ ਆਏ ਜਾਂ ਮੇਰੇ ਨਾਲ ਬੰਦੇ ਸੀ ਉਹਨਾਂ ਮਗਰ ਆਏ, ਪਤਾ ਨਹੀਂ ਕਿਹਦੇ ਮਗਰ ਆਏ, ਹਮਲਾ ਕੀਤਾ ਉਹਨਾਂ ਇੱਥੇ ਵਿੱਚ, ਸਾਡੇ ਫੜ ਦੇ ਵਿੱਚ ਆ ਕੀਤਾ, ਮੇਰੇ ਕੋਲ ਠੇਕੇਦਾਰੀ ਦਾ ਕੰਮ ਆ ਨਾ ਇੱਥੇ ਮੰਡੀ 'ਚ, ਅਤੇ ਹਮਲਾ ਕੀਤਾ ਉਹਨਾਂ ਨੇ, ਨਜਾਇਜ਼ ਕੀਤਾ ਸਾਡੇ ਨਾਲ ਜੋ ਵੀ ਕੀਤਾ ਜੀ। ਇਨਕੁਆਇਰੀ ਹੋਣੀ ਚਾਹੀਦੀ, ਇਨਕੁਆਇਰੀ ਇਨਸਾਫ ਚਾਹੀਦਾ ਜੀ, ਬੰਦੇ ਨੇ ਗਰੀਬ ਬੰਦੇ ਆ, ਗਰੀਬ ਪਰਿਵਾਰਾਂ ਦੇ ਬੰਦੇ ਆ, ਮਿਹਨਤ ਕਰਦੇ ਵਿਚਾਰਿਆਂ ਨੂੰ, ਪਰੇਸ਼ਾਨ ਕਰਦੇ ਪਏ ਇਹਨਾਂ ਨੂੰ, ਇਹ ਚੀਜ਼ ਦਾ ਇਨਸਾਫ ਸਾਨੂੰ ਚਾਹੀਦਾ ਜੀ। ਅਮਿੰਦਰ ਸਿੰਘ, ਕੀ ਰਾਤ ਕੀ ਮਾਮਲਾ ਸੀ? ਇਹ ਯਾਰ ਇੱਧਰੋਂ ਬੰਦੇ ਆਏ ਆ, ਰੱਜੇ ਰੁੱਜੇ ਸੀ, ਦਾਰੂ ਦੂਰੂ ਪੀਤੀ ਸੀਗੀ, ਇੱਥੇ ਵਾਹ ਖਣਮਾਠੀ ਖਣਮੁੱਤੀ ਜੀ ਕਰਕੇ ਗਏ ਆ, ਗਲ ਗੁਲ ਪਏ ਆ, ਉੱਧਰੋਂ ਗੁਰਦੁਆਰੇ ਨੂੰ ਵੀ ਇਹ ਫੇਸ ਬੋਲ ਜੀ, ਉਹ ਕਹਿੰਦੇ ਇਹਨਾਂ ਕੇ ਡਾਂਗਾਂ ਜੀਆਂ ਸੀ, ਉਹ ਮਾਰਦੇ ਮੂਰਦੇ ਰਹੇ ਆ, ਅਤੇ ਵਾਹਵਾ ਇੱਥੇ ਰੌਲਾ ਰੱਪਾ ਜਿਹਾ, ਮੋਟਰ ਮੋਟਰਸਾਈਕਲ ਹੀ ਭੰਨ ਕੇ ਵਾਹ ਜਨ ਕੰਮ ਖਰਾਬ ਕਰਕੇ ਗਏ, ਬਹੁਤ ਕਾਫੀ ਗੋਲੀ ਵੀ ਚੱਲੀ। ਹਾਂ ਗੋਲੀ ਵੀ, ਬੰਦੇ ਜ਼ਖਮੀ ਹੋਏ? ਬੰਦਾ ਤਾਂ ਇੱਕ ਹੀ ਦੇਖਿਆ ਮੈਂ, ਕਿ ਤਿੰਨ, ਇੱਕ ਤਿੰਨ ਤਿੰਨ ਮੁੰਡੇ ਜ਼ਖਮੀ ਹੋ ਗਏ, ਤਿੰਨ ਜਾਣੇ ਹੋਏ ਦਾਖਲ ਆ ਜੀ, ਦਾਖਲ ਆ।